ਅਪਡੇਟ ਆਈ ਹੈਗੀ ਆ ਕੱਲ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਤੁਹਾਡੇ ਕੋਲੇ? ਨਹੀਂ, ਸਾਡੇ ਕੋਈ ਅਪਡੇਟ ਨਹੀਂ ਹੈਗੇ, ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ, ਨਿਊਜ਼ ਤੇ ਸੁਣ ਰਹੇ। ਕੀ ਇਨਫੋਰਮੇਸ਼ਨ ਹੈਗੀ ਉਹਦੇ ਵਿੱਚ ਜਿਹੜੀ? ਨਹੀਂ, ਇਨਫੋਰਮੇਸ਼ਨ ਤੇ ਇਹੋ ਜੋ ਤੁਹਾਡੇ ਕੋਲ ਨਿਊਜ਼ ਤੇ ਚੱਲ ਰਹੀ ਹੈ ਵੀ ਉਹਨਾਂ ਨੂੰ ਕੱਲ ਸ਼ਾਇਦ ਸਹੁੰ ਚੁਕਾਈ ਜਾਊਗੀ। ਹਾਂਜੀ, ਮਤਲਬ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਹੁੰ ਚੁਕਾਉਣਗੇ ਜਾਂ ਫਿਰ ਰਾਹਤ ਮਿਲੂਗੀ ਜਾਂ ਕਿਸੇ ਕਨਵੇ ਦੇ ਵਿੱਚ ਜਾ ਸਕਦੇ ਆ ਕਿ ਦਿੱਲੀ ਜਾਣਗੇ ਉਹ? ਤੁਹਾਨੂੰ ਦੱਸਿਆ ਨਾ ਵੀ ਇਹਦੇ ਬਾਰੇ ਕੋਈ ਸਾਨੂੰ ਜਾਣਕਾਰੀ ਨਹੀਂ ਇਸ ਬਾਰੇ, ਜੋ ਨਿਊਜ਼ ਚੈਨਲਾਂ ਵਿੱਚ ਚੱਲ ਰਹੇ ਉਹ ਅਸੀਂ ਵੀ ਉੱਥੋਂ ਹੀ ਸੁਣਿਆ ਵਾ। ਬਾਕੀ ਅਸੀਂ ਹੁਣ ਕਰਦੇ ਹਾਂ ਸੰਪਰਕ, ਕੋਈ ਕਿਸੇ ਦੇ ਖੇਲ ਦੀ ਕੋਈ ਮਿਲਦੀ ਜਾਣਕਾਰੀ ਤਾਂ ਦੱਸ ਦਿੰਦੇ ਕਿ ਪ੍ਰਸ਼ਾਸਨਿਕ ਤੌਰ ਤੇ ਡੀਸੀ ਅੰਮ੍ਰਿਤਸਰ ਜਾਂ ਹੋਰ ਕੋਈ ਵੀ ਜਿਹੜਾ ਨੁਮਾਇੰਦਾ ਹੈਗਾ ਉਹਨਾਂ ਵੱਲੋਂ ਕੋਈ ਜਾਣਕਾਰੀ ਤੁਹਾਨੂੰ ਹਾਲੇ ਤੱਕ ਨਹੀਂ ਹੈਗੀ ਨਾ? ਨਹੀਂ, ਦਿੱਤੀ ਨਹੀਂ ਅਜੇ ਪਰਿਵਾਰ ਨੂੰ ਕੋਈ ਜਾਣਕਾਰੀ। ਬਾਕੀ ਅਸੀਂ ਹੁਣ ਅੱਜ ਕਰਦੇ ਹਾਂ ਪਤਾ, ਤੇ ਜੇ ਕੋਈ ਫੋਨ ਨਹੀਂ ਦਿੱਤੇ ਤੁਹਾਨੂੰ। ਠੀਕ ਹੈ ਜੀ, ਧੰਨਵਾਦ। ਠੀਕ ਹੈ। ਲੋਕ ਸਭਾ ਸੈਸ਼ਨ ਦਾ ਅੱਜ ਪਹਿਲਾ ਦਿਨ ਹੈ ਤੇ ਅੱਜ ਨਵੇਂ ਚੁਣੇ ਹੋਏ ਸੰਸਦਾਂ ਨੂੰ ਸਹੁੰ ਚੁਕਾਈ ਜਾਵੇਗੀ। ਤਾਂ ਪਹਿਲੇ ਦਿਨ 280 ਸੰਸਦ ਸਹੁੰ ਚੱਕਣਗੇ ਤੇ ਇਸ ਦੇ ਨਾਲ ਹੀ ਕੱਲ ਨੂੰ ਪੰਜਾਬ ਦੇ 13 ਸੰਸਦਾਂ ਦੇ ਵੱਲੋਂ ਸਹੁੰ ਚੁਕਾਈ ਜਾਵੇਗੀ। ਹਾਲਾਂਕਿ ਅਜਿਹੇ ਦੇ ਵਿੱਚ ਹੁਣ ਇੱਕ ਵੱਡਾ ਨਾਮ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਪਾਲ ਸਿੰਘ ਦਾ ਵੀ ਆਉਂਦਾ, ਜਿਨ੍ਹਾਂ ਨੇ ਕਰੀਬ 2 ਲੱਖ ਵੋਟਾਂ ਤੋਂ ਜਿੱਤ ਦਰਜ ਕੀਤੀ ਹੈ ਤੇ ਅੰਮ੍ਰਿਤਪਾਲ ਸਿੰਘ ਹੁਣ NSA ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ। ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ ਕਿ ਆਖਰ ਅੰਮ੍ਰਿਤਪਾਲ ਸਿੰਘ ਬਾਹਰ ਆਵੇਗਾ ਸਹੁੰ ਚੁੱਕਣ ਦੇ ਲਈ, ਜੇ ਆਵੇਗਾ ਤਾਂ ਕਦੋਂ ਆਵੇਗਾ, ਪਰ ਇਹ ਹਾਲੇ ਤੱਕ ਸਸਪੈਂਸ ਬਰਕਰਾਰ ਹੈ ਕਿ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਆ ਕੇ ਬਾਹਰ ਸਹੁੰ ਚੁੱਕਣਗੇ ਜਾਂ ਫਿਰ ਨਹੀਂ। ਪਰ ਤੁਹਾਨੂੰ ਦੱਸ ਦਈਏ ਕਿ ਜੋ ਪੰਜਾਬ ਦੇ ਬਾਕੀ ਦੇ ਜੋ ਸੰਸਦ ਨੇ ਉਹ ਕੱਲ੍ਹ ਨੂੰ ਸਹੁੰ ਚੁੱਕਣਗੇ ਅਤੇ ਲੋਕ ਸਭਾ ਦੇ ਸੈਸ਼ਨ ਦਾ ਅੱਜ ਪਹਿਲਾ ਦਿਨ ਹੈ। 280 ਸੰਸਦਾਂ ਨੂੰ ਅੱਜ ਸਹੁੰ ਚੁਕਾਈ ਜਾਵੇਗੀ। ਤਾਂ NSA ਦੇ ਤਹਿਤ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ। ਹਾਲਾਂਕਿ ਜੇਕਰ ਕੋਈ ਸੰਸਦ ਜੇਲ੍ਹ ਦੇ ਵਿੱਚੋਂ ਜਿੱਤਦਾ ਤਾਂ ਆਖਰ ਉਸ ਦੇ ਵਿੱਚ ਹੁੰਦਾ ਕੀ ਹੈ? ਜੇਕਰ ਹਾਲ ਹੀ ਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਜਦੋਂ ਸਹੁੰ ਚੁਕਾਈ ਗਈ ਤਾਂ ਉਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਉਹ ਵੀ ਬੰਦ ਸੀ ਤੇ ਉਹਨਾਂ ਨੂੰ 2 ਘੰਟੇ ਦਾ ਸਮਾਂ ਮਿਲਿਆ ਸੀ ਸਹੁੰ ਚੁੱਕਣ ਦੇ ਲਈ ਤੇ ਉਹ ਬਾਹਰ ਆਏ ਸੀ ਤੇ ਰਾਜ ਸਭਾ ਮੈਂਬਰ ਦੀ ਸਹੁੰ ਚੁੱਕੀ ਤੇ ਦੁਬਾਰਾ ਜੇਲ੍ਹ ਦੇ ਵਿੱਚ ਗਏ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ, ਪਰ ਅਜਿਹੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਪਾਲ ਸਿੰਘ ਦੀ ਤਾਂ ਅੰਮ੍ਰਿਤਪਾਲ ਸਿੰਘ ਦੇ ਉੱਤੇ NSA ਲੱਗਿਆ ਹੋਇਆ, ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ। ਲਗਾਤਾਰ ਉਹਨਾਂ ਦੇ ਵਕੀਲ ਦੇ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰਿਵਾਰ ਜੋ ਹੈ ਉਹਨਾਂ ਨੂੰ ਮਿਲ ਕੇ ਆਇਆ ਕਈ ਵਾਰ, ਤੇ ਹੁਣ ਇਹ ਵੱਡਾ ਸਵਾਲ ਹੈ ਕਿ ਆਖਰ ਅੰਮ੍ਰਿਤਪਾਲ ਸਿੰਘ ਬਾਹਰ ਆ ਕੇ ਸਹੁੰ ਕਦੋਂ ਚੁੱਕੇਗਾ। ਹਾਲੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ, ਪਰ ਤੁਹਾਨੂੰ ਦੱਸ ਦਈਏ ਕਿ ਜੋ ਪੰਜਾਬ ਦੇ ਬਾਕੀ ਦੇ ਨਵੇਂ ਸੰਸਦ ਨੇ ਉਹ ਕੱਲ੍ਹ ਨੂੰ ਸਹੁੰ ਚੁੱਕਣਗੇ ਅਤੇ ਅੱਜ ਤੋਂ ਲੋਕ ਸਭਾ ਸੈਸ਼ਨ ਦਾ ਪਹਿਲਾ ਦਿਨ ਸ਼ੁਰੂ ਹੋ ਜਾਵੇਗਾ ਅਤੇ ਪਹਿਲੇ ਦਿਨ 280 ਸੰਸਦ ਸਹੁੰ ਚੁੱਕਣਗੇ। ਤਾਂ ਦੱਸ ਦਈਏ ਕਿ ਹੁਣ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਲਗਾਤਾਰ ਸਸਪੈਂਸ ਬਰਕਰਾਰ ਹੈ, ਕਦੋਂ ਆਖਰ ਅੰਮ੍ਰਿਤਪਾਲ ਸਿੰਘ ਸਹੁੰ ਚੁੱਕਣਗੇ। ਕੀ ਉਹਨਾਂ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸਹੁੰ ਚੁਕਾਈ ਜਾਂਦੀ ਹੈ ਜਾਂ ਫਿਰ ਉਹਨਾਂ ਨੂੰ ਖੁਦ ਲੈ ਕੇ ਆਇਆ ਜਾਂਦਾ, ਇਹ ਦੇਖਣਾ ਆਪਣੇ ਆਪ ਦੇ ਵਿੱਚ ਕਾਫ਼ੀ ਅਹਿਮ ਹੋਵੇਗਾ।